ਨਾਜ਼ਰੀਨ ਮਿੱਤਰ ਟੀਵੀ ਤੋਂ ਆਸਿਮ ਕੰਬੋਹ ਹਾਜ਼ਰੀ ਖਿਦਮਤ ਹੈ। ਅੱਜ ਸਾਡੀ ਖੁਸ਼ਬਖਤੀ ਹੈ ਕਿ ਸਾਡੇ ਨਾਲ ਸਰਦਾਰ ਰਮੇਸ਼ ਸਿੰਘ ਅਰੋੜਾ ਮੌਜੂਦ ਨੇ, ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਯਕੀਨਨ ਸਿੱਖਇਜ਼ਮ ਲਈ ਵੀ ਕਾਫੀ ਕੰਮ ਕੀਤਾ ਔਰ ਸਿੱਖ ਮੈਰਿਜ ਐਕਟ ਨੂੰ ਪੰਜਾਬ ਅਸੈਂਬਲੀ ਤੋਂ ਭਾਰੀ ਅਕਸਰੀਅਤ ਨਾਲ ਕਾਮਯਾਬ ਵੀ ਕਰਵਾਇਆ। ਇਹ ਸਿੱਖਾਂ ਲਈ ਇੱਕ ਬੜਾ ਨੇਕ ਸ਼ਗੂਨ ਹੈ ਯਕੀਨਨ। ਉਸ ਤੋਂ ਬਾਅਦ ਕਰਤਾਰਪੁਰ ਗੁਰਦੁਆਰਾ ਦਾ ਜਿਹੜਾ ਬਾਰਡਰ ਹੈ, ਜਿਹੜਾ ਲਾਂਘਾ ਹੈ, ਉਹਨੂੰ ਖੋਲਣ ਨੇ ਜਿਹੜਾ ਕਿਰਦਾਰ ਅਦਾ ਕੀਤਾ ਉਹ ਕਾਬਲ ਤਹਿਸੀਨ ਹੈ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਪਹਿਲਾ ਮਰਹਲਾ ਸੀ ਜਿਹੜਾ ਮੇਜਰ ਮੈਰਿਜ ਬਿਊਰੋ ਵਾਲਾ, ਮੈਰਿਜ ਐਕਟ ਵਾਲਾ, ਉਹਨੂੰ ਕਿਸ ਤਰ੍ਹਾਂ ਅਟੈਂਪਟ ਕਰਕੇ ਸਕਸੈਸ ਹਾਸਲ ਕੀਤੀ ਔਰ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਦੀ ਗੱਲ ਕਰਾਂਗੇ। ਜੀ ਸਰ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਸਿਮ ਜੀ, ਮੈਂ ਤੁਹਾਨੂੰ ਨਾਰੋਵਾਲ ਔਰ ਕਰਤਾਰਪੁਰ ਸਾਹਿਬ ਦੀ ਇਸ ਧਰਤੀ 'ਤੇ ਜੀ ਆਇਆਂ ਆਖਦਾ। ਉਸ ਤੋਂ ਬਾਅਦ ਤੁਹਾਨੂੰ ਮੈਂ ਐਪਰੀਸ਼ੀਏਟ ਕਰਦਾ ਕਿ ਮਿੱਤਰ ਚੈਨਲ ਰਾਹੀਂ ਜਿਸ ਤਰੀਕੇ ਨਾਲ ਤੁਸੀਂ ਦੁਨੀਆ ਭਰ ਦੇ ਵਿੱਚ ਦੱਸਣ ਵਾਲੇ ਪਾਕਿਸਤਾਨੀਆਂ ਨੂੰ ਔਰ ਖਾਸ ਕਰ ਸਿੱਖਾਂ ਨੂੰ ਅਵੇਅਰਨੈਸ ਦੇ ਰਹੇ ਹੋ ਕਿ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਪਾਕਿਸਤਾਨ ਦੀ ਮਾਇਨੋਰਿਟੀ, ਪਾਕਿਸਤਾਨ ਦੀ ਮੈਜੋਰਿਟੀ ਔਰ ਫਿਰ ਖਾਸ ਕਰ ਸਿੱਖ ਧਰਮ ਕਿਸ ਤਰ੍ਹਾਂ ਕੰਟਰੀਬਿਊਟ ਕਰ ਰਿਹਾ ਹੈ ਪਾਕਿਸਤਾਨ ਦਾ ਇੱਕ ਟਰੂ ਇਮੇਜ ਦੁਨੀਆ ਦਿਖਾਉਣ ਵਾਸਤੇ, ਪਾਕਿਸਤਾਨ ਦੀ ਤਰੱਕੀ ਦੇ ਵਿੱਚ, ਪਾਕਿਸਤਾਨ ਦੀ ਸਮਾਜੀ ਤਰੱਕੀ ਦੇ ਵਿੱਚ ਆਪਣਾ ਕਿਰਦਾਰ ਕਿਸ ਤਰ੍ਹਾਂ ਨਿਭਾ ਰਿਹਾ। ਅਤੇ ਜਿੱਥੇ ਤੱਕ ਤੁਹਾਡਾ ਸਵਾਲ ਦਾ ਉੱਛੜਾ ਹੈ ਕਿ ਜੀ ਕਰਤਾਰਪੁਰ ਸਾਹਿਬ ਔਰ ਉਸਦੇ ਨਾਲ ਨਾਲ ਜਿਹੜਾ ਸਿੱਖ ਮੈਰਿਜ ਐਕਟ ਹੈ, ਅਤੇ ਸਿੱਖ ਮੈਰਿਜ ਐਕਟ ਦੀ ਲੋੜ ਤਾਂ ਸ਼ੁਰੂ ਤੋਂ ਸੀਗੀ। ਅਨਫੋਰਚੁਨੇਟਲੀ ਜਦੋਂ ਪਾਰਟੀਸ਼ਨ ਹੋਏ 1947 ਤੋਂ ਬਾਅਦ, ਉਸ ਤੋਂ ਬਾਅਦ ਅਨਫੋਰਚੁਨੇਟਲੀ ਹੋਣ ਤੱਕ ਕਦੀ ਵੀ ਹੈ ਸਿੱਖ ਮੈਰਿਜ ਐਕਟ 'ਤੇ ਕੰਮ ਨਹੀਂ ਹੋਇਆ ਔਰ ਉਸ ਦੀ ਲੋੜ ਤਾਂ ਹੈ ਸੀ ਔਰ ਸਿੱਖ ਬੜਾ ਸ਼ਿੱਦਤ ਨਾਲ ਇਸ 'ਤੇ ਮਹਿਸੂਸ ਕਰਦਾ ਸੀ। ਬਹੁਤ ਦਫ਼ਾ ਇਸ 'ਤੇ ਅਟੈਂਪਟ ਹੋਈ ਲੇਕਿਨ ਅਨਫੋਰਚੁਨੇਟਲੀ ਇਸ 'ਤੇ ਕੰਮ ਨਹੀਂ ਹੋ ਸਕਿਆ। ਜਦੋਂ ਮੈਂ 2013 'ਚ ਮੈਨੂੰ ਪਾਕਿਸਤਾਨ ਮੁਸਲਿਮ ਲੀਗ ਨੂਰ ਨੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਜ਼ਿੰਮੇਦਾਰੀ ਸੌਂਪੀ ਔਰ ਮੈਂ ਮਾਈਨੋਰਟੀ ਸੀਟ 'ਤੇ, ਰਿਜ਼ਰਵ ਸੀਟ 'ਤੇ MPA ਮੈਨੂੰ ਨੋਮੀਨੇਟ ਕੀਤਾ। ਅਤੇ ਉਸ ਤੋਂ ਸਭ ਤੋਂ ਪਹਿਲੇ ਮੇਰੀ ਮੁਲਾਕਾਤ ਅਹਿਸਨ ਇਕਬਾਲ ਸਾਹਿਬ ਦੇ ਰਾਹੀਂ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਹੋਈ ਅਤੇ ਉੱਥੇ ਬੈਠ ਕੇ ਅਸੀਂ ਕਰਤਾਰਪੁਰ ਲਾਂਘੇ 'ਤੇ ਵੀ ਗੱਲ ਕੀਤੀ, ਉੱਥੇ ਜਿਹੜੇ ਸਿੱਖਾਂ ਨੂੰ ਮਿਸਾਲ ਦੇ ਉਸ 'ਤੇ ਵੀ ਗੱਲ ਕੀਤੀ ਔਰ ਇਹ ਵੀ ਦੇਖਿਆ ਕਿ ਜਦੋਂ ਪਾਰਲੀਮੈਂਟ 'ਚ ਇੱਕ ਸਿੱਖ ਆਏਗਾ ਤਾਂ ਕਿਸ ਤਰੀਕੇ ਨਾਲ ਕੰਟਰੀਬਿਊਟ ਕਰੇਗਾ ਕਿ ਮੇਨ ਸਟ੍ਰੀਮ ਡਿਵੈਲਪਮੈਂਟ 'ਚ ਵੀ ਆਪਣਾ ਕਿਰਦਾਰ ਅਦਾ ਕਰੇ ਔਰ ਜਿਹਦੇ ਨਾਲ ਸਿੱਖਾਂ ਦੇ ਔਰ ਮਾਇਨੋਰਟੀ ਜਿਹੜੇ ਮਿਸਾਲ ਨੂੰ ਉਜਾਗਰ ਕਰੇ। ਸੋ ਜਿਸ ਤਰ੍ਹਾਂ ਮੈਂ ਪਾਰਲੀਮੈਂਟ 'ਚ ਆਇਆ ਉੱਥੇ ਬਹੁਤ ਸਾਰੀ ਅਸੀਂ ਰੈਜੋਲੂਸ਼ਨ ਲੈ ਕੇ ਆਏ, ਗੁਰੂ ਨਾਨਕ ਦੇਵ ਦੀ ਛੁੱਟੀ ਦੇ ਬਾਰੇ ਰੈਜੋਲੂਸ਼ਨ ਲੈ ਕੇ ਆਏ, ਜਿਹੜੀ ਤੁਸੀਂ ਹੁਣ ਸੁਣਿਆ ਵਾਲਾ ਸਿੱਕਾ ਸਿੱਕੇ ਦੇ ਬਾਰੇ ਲੈ ਕੇ, ਡਾਕ ਟਿਕਟ ਵੀ ਗੁਰੂ ਨਾਨਕ ਸਾਹਿਬ ਨੇ 5.5 ਸਾਲਾਂ ਦਾ ਡਾਕ ਟਿਕਟ ਦਾ ਇਜਰਾ ਕੀਤਾ, ਇਹ ਸਾਰੀਆਂ ਰੈਜੋਲੂਸ਼ਨ ਅਸੈਂਬਲੀ ਤੁਸੀਂ ਪਾਸ ਕਰਵਾਈਆਂ ਔਰ ਇਹ ਸਭ ਤੋਂ ਵੱਧ ਕੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਸਨ ਆਫ ਦਾ ਸੋਇਲ ਨੇ, ਉਹਨਾਂ ਦੇ ਨਾਂ 'ਤੇ ਕਿਸੇ ਬਿਲਡਿੰਗ ਨੂੰ ਨਿਸਬਤ ਦਿੱਤੀ ਜਾਏ ਉਹ ਵੀ ਰੈਜੋਲੂਸ਼ਨ ਲੀਡਰਾਂ ਨੇ ਉਸ ਲਈ ਪਾਸ ਹੋਈ। ਲੇਕਿਨ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਸੀ ਇੱਕ ਚੀਜ਼ ਦੀ ਘਾਟ ਸੀ ਔਰ ਉਸ ਸਿੱਖ ਮੈਰਿਜ ਰਜਿਸਟ੍ਰੇਸ਼ਨ ਐਕਟ ਦੀ, ਕਿਉਂਕਿ ਲੀਗਲੀ ਸਿੱਖਾਂ ਦੀਆਂ ਸ਼ਾਦੀਆਂ ਕਿੱਥੇ ਵੀ ਰਜਿਸਟਰਡ ਨਹੀਂ ਸਨ। ਸੋ ਮੈਂ ਸ਼ੁਕਰੀਆ ਅਦਾ ਕਰਦਾ ਉਸ ਵਕਤ ਦੀ ਅਪੋਜੀਸ਼ਨ ਦਾ, ਉਸ ਵਕਤ ਦੀ ਟ੍ਰੇਨਿੰਗ ਬੈਂਚਿਸ ਦਾ, ਉਸ ਵਕਤ ਦੀ ਹਕੂਮਤ ਦਾ, ਮੀਆਂ ਨਵਾਜ਼ ਸ਼ਹਿਬਾਜ਼ ਸ਼ਰੀਫ ਸਾਹਿਬ ਦਾ, ਜਿਨ੍ਹਾਂ ਨੇ ਸਭ ਨੇ ਮੈਨੂੰ ਸਪੋਰਟ ਕੀਤਾ ਔਰ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਟੇਬਲ ਕੀਤਾ 2017 ਅਕਤੂਬਰ ਦੇ ਵਿੱਚ ਔਰ ਮਾਰਚ 2018 ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਇੱਕ ਐਕਟ ਦੀ ਸ਼ਕਲ ਦੇ ਨਾਲ ਪਾਸ ਹੋਇਆ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਐਕਟ ਜਿਹੜਾ ਯੂਨੈਨਮਸਲੀ ਪਾਸ ਹੋਇਆ, ਉਹਦੇ 'ਚ ਅਪੋਜੀਸ਼ਨ ਦੀ ਵੀ ਸਪੋਰਟ ਸੀ, ਉਹਦੇ ਸੈਕਟਰੀ ਦੀ ਬੈਂਚ ਦੀ ਵੀ ਸਪੋਰਟ ਸੀ। ਸੋ ਪਾਕਿਸਤਾਨ ਦੁਨੀਆ ਦੀ ਸਤਹ 'ਤੇ ਪਹਿਲਾ ਮੁਲਕ ਬਣਿਆ ਜਿੱਥੇ ਕਿ ਸਿੱਖ ਮੈਰਿਜ ਰਜਿਸਟ੍ਰੇਸ਼ਨ ਐਕਟ ਪਾਸ ਹੈ, ਲਾਗੂ ਹੈ। ਹੁਣ ਅਗਲਾ ਉਸਦਾ ਬਰਲਾ ਜਿਹੜਾ ਹੈ, ਕਿਉਂਕਿ ਸਾਡੀ ਹਕੂਮਤ ਮਈ 2018 ਦੇ ਵਿੱਚ ਸਾਡੀ ਮਈ ਹਕੂਮਤ ਖਤਮ ਹੋ ਗਈ, ਨਵੀਂ ਹਕੂਮਤ PTI ਆ ਗਈ, ਅਸੀਂ ਹੁਣ ਐਕਸਪੈਕਟ ਕਰਦੇ ਹਾਂ। ਮੇਰੀ 2-3 ਦਫ਼ਾ ਗੱਲ ਵੀ ਹੋਈ ਜਿਹੜੇ ਸਿਟਿੰਗ ਮਿਨਿਸਟਰ ਨੇ ਮਾਇਨੋਰਟੀ ਅਫੇਅਰ ਐਂਡ ਹਿਊਮਨ ਰਾਈਟਸ 'ਤੇ, ਉਹਨਾਂ ਨੇ ਮੈਂ ਰਿਕੁਐਸਟ ਕੀਤੀ ਹੈ ਕਿ ਹੁਣ ਅਸੀਂ ਜਿਹੜੇ ਬਾਏ ਲਾਅਸ ਨੇ ਉਹ ਬਣਾ ਕੇ ਇਹਨੂੰ ਐਜ਼ ਅਰਲੀ ਐਜ਼ ਪੋਸੀਬਲ ਇੰਪਲੀਮੈਂਟ ਵੀ ਕੀਤਾ ਜਾਏ ਤਾਂ ਜੇ ਇਸ ਦਾ ਕੋਈ ਫਾਇਦਾ ਵੀ ਚੁੱਕਿਆ ਜਾ ਸਕੇ। ਬਟ ਇਸ ਦੇ ਬਾਵਜੂਦ ਮੈਂ ਸਮਝਦਾ ਔਰ ਇਹ ਸਾਡੇ 'ਚ ਬੜੇ ਫਖਰ ਦੀ ਗੱਲ ਹੈ ਕਿ ਪਾਕਿਸਤਾਨ ਦੁਨੀਆ ਦੇ ਵਿੱਚ ਪਹਿਲਾ ਮੁਲਕ ਬਣਿਆ ਜਿੱਥੇ ਕਿ ਸਿੱਖ ਮੈਰਿਜ ਰਜਿਸਟ੍ਰੇਸ਼ਨ ਐਕਟ ਪਾਸ ਹੋਇਆ। ਇੰਡੀਆ ਦੇ ਵਿੱਚ ਅਨਫੋਰਚੁਨੇਟਲੀ ਹਜੇ ਵੀ ਸਿੱਖਾਂ ਜਿਹੜੀਆਂ ਸ਼ਾਦੀਆਂ ਨੇ ਅੰਡਰ ਹਿੰਦੂ ਮੈਰਿਜ ਐਕਟ ਹੁੰਦੀਆਂ ਨੇ, ਕਿਉਂਕਿ ਜਿਹੜੀ ਇੰਡੀਅਨ ਕੋਨਸਟੀਟਿਊਸ਼ਨ ਹੈ ਉਹਦੀ ਆਰਟੀਕਲ ਧਾਰਾ ਜਿਹੜੀ 25 ਪਾਰਟੀ ਹੈ ਉਹ ਇਹ ਕਹਿੰਦੀ ਹੈ ਕਿ ਸਿੱਖ ਜਿਹੜਾ ਉਹ ਪਾਰਟ ਹੈ ਹਿੰਦੂ ਮਤ ਦਾ, ਜਦਕਿ ਪਾਕਿਸਤਾਨ ਦੇ ਵਿੱਚ ਸਿੱਖ ਨੂੰ ਅਸੀਂ ਇੱਕ ਸੈਪਰੇਟ ਰਿਲੀਜਨ ਰਜਿਸਟਰਡ ਕਰਵਾਇਆ, ਦੱਸਿਆ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੂ ਮਤ ਹੈ, ਜਿਸ ਤਰੀਕੇ ਨਾਲ ਬੁੱਧ ਮਤ ਹੈ, ਜਿਸ ਤਰੀਕੇ ਨਾਲ ਪਾਰਸੀ ਹੈ, ਜਿਸ ਤਰੀਕੇ ਨਾਲ ਕ੍ਰਿਸ਼ਚਨ ਹੈ, ਜਿਸ ਤਰੀਕੇ ਨਾਲ ਮੁਸਲਮਾਨ ਹੈ, ਇਸੇ ਤਰੀਕੇ ਨਾਲ ਸਿੱਖ ਮਤ ਵੀ ਇੱਕ ਸੈਪਰੇਟ ਮਜ਼ਹਬ ਹੈ ਔਰ ਇਸ ਮਜ਼ਹਬ ਦਾ ਕਿਸੇ ਹੋਰ ਮਜ਼ਹਬ ਦੇ ਨਾਲ ਤਾਲੁਕ ਨਹੀਂ ਹੈ, ਕਿਸੇ ਹੋਰ ਮਜ਼ਹਬ ਦੇ ਨਾਲ ਇਸਦੀ ਕੋਈ ਇਹਨੂੰ ਗਿਣਿਆ ਨਾ ਜਾਏ। ਜਿੱਥੇ ਤੱਕ ਤੁਹਾਡਾ ਦੂਸਰਾ ਸਵਾਲ ਹੈ ਕਰਤਾਰਪੁਰ ਸਾਹਿਬ ਦਾ,
ਕਰਤਾਰਪੁਰ ਸਾਹਿਬ ਦੀ ਮੰਗ ਸਿੱਖਾਂ ਦੀ ਬਹੁਤ ਪੁਰਾਣੀ ਮੰਗ ਸੀ। ਪਿਛਲੇ 70 ਸਾਲ ਤੋਂ ਸਿੱਖ ਇੰਡੀਆ ਦੇ ਪਾਸੋਂ ਆਣ ਕੇ ਖੜਾ ਹੁੰਦਾ ਸੀ, ਬਾਰਡਰ 'ਤੇ ਖੜਾ ਹੋ ਕੇ ਹੱਥ ਜੋੜ ਕੇ ਨਮਸਕਾਰ ਕਰਦਾ ਸੀ, ਲੇਕਿਨ 4 ਕਿਲੋਮੀਟਰ ਕ੍ਰੋਸ ਕਰਕੇ ਇਸ ਪਾਸੇ ਇਸ ਇਤਿਹਾਸਿਕ ਸਥਾਨ 'ਤੇ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਗੁਜ਼ਾਰੇ, ਉਹ ਆ ਨਹੀਂ ਸਕਦਾ। ਮੈਂ ਕ੍ਰੈਡਿਟ ਦੇਣਾ ਔਰ ਸ਼ੁਕਰੀਆ ਅਦਾ ਕਰਦਾ ਜਨ ਕਮਰ ਜਵੇਦ ਬਾਦਸ਼ਾਹ ਸਾਹਿਬ ਦਾ, ਉਹਨਾਂ ਦੀ ਵਿਜ਼ਨ ਨੂੰ, ਉਹਨਾਂ ਦੀ ਵਿਜ਼ਡਮ ਨੂੰ, ਉਹਨਾਂ ਦੀ ਸੋਚ ਨੂੰ, ਕਿ ਜਿਹੜੀ ਉਹਨਾਂ ਦੀ ਵੱਡੀ ਸੋਚ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਧੂ ਸਾਹਿਬ ਦੇ ਰਾਹੀਂ ਪੈਗਾਮ ਭੇਜਿਆ ਅੱਜ ਤੋਂ ਤਕਰੀਬਨ 1 ਸਾਲ ਪਹਿਲੇ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਨਾਲ ਤਿਆਰ ਹੈ, ਔਰ ਅਸੀਂ ਚਾਹੁੰਦੇ ਕਿ 550 ਸਾਲਾਂ ਜਿਹੜਾ ਸਿੱਖ ਧਰਮ ਹੈ, ਜਿਹੜੀ ਸਿੱਖ ਕੌਮ ਹੈ, ਉਹ ਪਾਕਿਸਤਾਨ ਨਾਲ ਕੇ ਮਨਾਵੇ। ਔਰ ਤੁਸੀਂ ਉਸਦਾ ਨਜ਼ਾਰਾ ਦੇਖਿਆ ਕਿ 9 ਨਵੰਬਰ ਨੂੰ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਦੁਨੀਆ ਭਰ ਦਾ ਸਿੱਖ ਪਾਕਿਸਤਾਨ ਆਇਆ, ਉਹਨੇ ਪਾਕਿਸਤਾਨ ਦੀ ਜਿਹੜਾ ਟਰੂ ਇਮੇਜ ਸੀ ਉਹ ਵੇਖਿਆ। ਕਿਉਂਕਿ ਅਸੀਂ ਹਮੇਸ਼ਾ ਇਹ ਦੇਖਦੇ ਕਿ ਬਹੁਤ ਸਾਰੀ ਸਾਡੇ ਬਾਰੇ ਨੈਗੇਟਿਵ ਪ੍ਰੋਪਗੈਂਡਾ ਕੀਤਾ ਜਾਂਦਾ ਹੈ, ਇੱਕ ਤਾਸੁਰ ਦਿੱਤਾ ਜਾਂਦਾ ਕਿ ਪਾਕਿਸਤਾਨ 'ਚ ਮਾਈਨੋਰਟੀ ਸੇਫ ਨਹੀਂ, ਪਾਕਿਸਤਾਨ 'ਚ ਮਾਈਨੋਰਟੀ ਦੀ ਵਰਤਗਾਵਾਂ ਸੇਫ ਨਹੀਂ। ਲੇਕਿਨ ਅੱਜ ਜਦੋਂ ਇੰਡੀਆ ਦਾ ਸਿੱਖ ਪਾਕਿਸਤਾਨ ਆਉਂਦਾ, ਤਾਂ ਆਪ ਨਜ਼ਾਰਾ ਦੇਖ ਕੇ ਜਾਂਦਾ ਕਿ ਕਿਸ ਤਰੀਕੇ ਨਾਲ ਹਕੂਮਤ ਪਾਕਿਸਤਾਨ, ਰਿਆਸਤ ਪਾਕਿਸਤਾਨ, ਔਰ ਮੈਂ ਸਭ ਤੋਂ ਵੱਧ ਕਿ ਕ੍ਰੈਡਿਟ ਪਾਕਿਸਤਾਨ ਦੀ ਆਵਾਮ ਨੂੰ ਦੇਣਾ, ਜਿਹੜੀ ਪਾਕਿਸਤਾਨ ਦੀ ਆਵਾਮ ਪਿਆਰ ਦਿੰਦੀ ਹੈ, ਸਤਿਕਾਰ ਕਰਦੀ ਹੈ, ਉਹਨਾਂ ਨੂੰ ਇੱਜ਼ਤ ਦਿੰਦੀ ਹੈ, ਉਹ ਜਦੋਂ ਵਾਪਸ ਜਾਂਦੇ ਤਾਂ ਸਾਡੇ ਸਫੀਰ ਬਣ ਕੇ ਜਾਂਦੇ, ਔਰ ਦੁਨੀਆਂ ਨੂੰ ਪੈਗਾਮ ਦਿੰਦੇ ਕਿ ਪਾਕਿਸਤਾਨ ਵਾਕਈ ਮਾਈਨੋਰਟੀ ਲਵਿੰਗ ਕੰਟਰੀ ਹੈ, ਪਾਕਿਸਤਾਨ ਵਾਕਈ ਮਾਈਨੋਰਟੀ ਦੀ ਜਿਹੜੀ ਆਬਾਦੀ ਆਉਣ ਵਾਲੇ ਮਹਿਫੂਜ਼ ਨੇ, ਔਰ ਸਾਰੇ ਪਾਕਿਸਤਾਨ ਇੱਜ਼ਤ ਦੇਣੇ ਵਾਲੇ ਨੇ। ਸੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਇੱਕ ਬਹੁਤ ਬੜਾ ਇਨੀਸ਼ੀਏਟਿਵ ਹੈ, ਔਰ ਅਸੀਂ ਹਕੂਮਤ ਪਾਕਿਸਤਾਨ ਦਾ, ਰਿਆਸਤ ਪਾਕਿਸਤਾਨ ਦਾ ਸਭ ਤੋਂ ਸ਼ੁਕਰੀਆ। ਸਰ, ਇਹ ਦੱਸੋ ਕਿ ਕਰਤਾਰਪੁਰ ਲਾਂਘਾ ਜਿਹੜਾ ਹੈ ਉਹ ਖੁੱਲ੍ਹ ਗਿਆ, ਔਰ ਦੋਨਾਂ ਸਾਈਡਾਂ ਤੋਂ ਲੋਕ ਜਿਹੜੇ ਨੇ ਉਹ ਦੋ ਦਰਜੋਗ ਆ ਰਹੇ ਨੇ, ਇਹ ਪ੍ਰੋਜੈਕਟ ਕਿੰਨਾ ਕੁ ਵਸੀ ਹੈ, ਅਜੇ ਇਹਦੇ ਉੱਤੇ ਕੰਮ ਡਿਵੈਲਪਮੈਂਟ ਉੱਥੇ ਚੱਲ ਰਹੀ ਹੈ? ਦੇਖੋ ਜੀ, ਇਹ ਇਹਦੇ ਇਹਨੂੰ ਡਿਵਾਈਡ ਕੀਤਾ ਗਿਆ ਫੇਜ਼ਿਸ ਵਿੱਚ, ਜਿਹੜਾ ਹੁਣ ਕੰਮ ਹੋਇਆ ਪਹਿਲੇ ਸਾਲ 'ਚ, ਜਿਹੜਾ ਕਿ ਅਨਹੋਨੀ ਹੈ ਕਿ 1 ਸਾਲ ਦੇ ਵਿੱਚ ਤੁਸੀਂ ਆਪ ਦੇਖ ਕੇ ਆਇਓ 1 ਸਾਲ ਦੇ ਵਿੱਚ ਇੱਡਾ ਵੱਡਾ ਪ੍ਰੋਜੈਕਟ ਕੰਪਲੀਟ ਹੋਣਾ, ਸ਼ਾਇਦ ਪਾਕਿਸਤਾਨ ਦੀ ਤਾਰੀਖ ਹੈ ਜਿਸ ਦੀ ਮਿਸਾਲ ਨਹੀਂ ਮਿਲਦੀ। ਇਹ ਪਹਿਲਾ ਵਾਕਿਆ ਹੋਏਗਾ ਕਿ 1 ਸਾਲ ਦੇ ਵਿੱਚ ਇੱਡਾ ਵੱਡਾ ਪ੍ਰੋਜੈਕਟ, ਤਕਰੀਬਨ 14 ਤੋਂ 15 ਅਰਬ ਰੁਪਏ ਦਾ ਪ੍ਰੋਜੈਕਟ ਸੀ ਜਿਹੜਾ 1 ਸਾਲ 'ਚ ਕੰਪਲੀਟ ਹੋਇਆ। ਔਰ ਇਸ ਪ੍ਰੋਜੈਕਟ ਤੋਂ ਅਜੇ ਫੇਜ਼ 1 ਹੈ, ਇਸ ਤੋਂ ਬਾਅਦ ਫੇਜ਼ 2 'ਚ ਇਹਦੀ ਫਰਦਰ ਐਕਸਪੈਂਸ਼ਨ ਹੈ, ਕਿਉਂਕਿ ਜਿਸ ਤਰੀਕੇ ਨਾਲ ਸੰਗਤਾਂ ਆਣਗੀ ਹੈ, ਕਿਉਂਕਿ ਜਦੋਂ ਇਹੋ ਜਿਹੇ ਇੱਡੇ ਵੱਡੇ ਪ੍ਰੋਜੈਕਟ ਲਾਏ ਜਾਂਦੇ ਨੇ, ਤਾਂ ਮੈਂ ਤੁਹਾਡੇ ਰਾਹੀਂ ਦੇਖਣ ਵਾਲਿਆਂ ਨੂੰ ਸੁਣਨ ਵਾਲੇ ਅਤੇ ਪੈਗਾਮ ਦਿੰਦਾ ਕਿ ਇਸਦੀ ਬਹੁਤ ਸ਼ਾਰਟ ਟਰਮ ਇੰਪੈਕਟ ਨਹੀਂ ਦੇਖੀਦਾ। ਲੋਕ ਬਹੁਤ ਐਕਸਪੈਕਟ ਕਰਦੇ ਕਿ ਇਸ ਪ੍ਰੋਜੈਕਟ ਦਾ ਇਮੀਡੀਏਟ ਰਿਟਰਨ ਆ ਜਾਏਗਾ, ਇਮੀਡੀਏਟ ਇੰਪੈਕਟ ਆਏਗਾ। ਇਸਦਾ ਲੌਂਗ ਟਰਮ ਇਹਦਾ ਜਿਹੜਾ ਇੰਪੈਕਟ ਹੈ ਉਹ ਹੈ ਕਿ ਇਸ ਪ੍ਰੋਜੈਕਟ ਜਿਹੜਾ 14 ਬਿਲੀਅਨ ਅਸੀਂ ਲਾਇਆ, ਸਭ ਤੋਂ ਪਹਿਲਾਂ ਤਾਂ ਦੁਨੀਆ ਭਰ ਨੂੰ ਅਸੀਂ ਪੈਗਾਮ ਦਿੱਤਾ ਕਿ ਪਾਕਿਸਤਾਨ 'ਚ ਮਾਈਨੋਰਟੀਜ਼ ਦੇ ਆਰ ਵੈਰੀ ਵੈਲ ਪ੍ਰੋਟੈਕਟਡ, ਔਰ ਪਾਕਿਸਤਾਨ ਜਿੱਥੋਂ ਕਿ ਸਿੱਖ ਧਰਮ ਦੀ ਬੁਨਿਆਦ ਨਿਕਲੀ ਨਨਕਾਣਾ ਸਾਹਿਬ ਤੋਂ, ਪਾਕਿਸਤਾਨ ਉਹ ਧਰਤੀ ਹੈ ਜਿੱਥੇ ਕਿ ਸਿੱਖ ਦਾ ਔਰ ਪਾਕਿਸਤਾਨ ਦਾ 2 ਮਾਸ ਦਾ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਕੋਈ ਖਤਮ ਨਹੀਂ ਕਰ ਸਕਦਾ, ਰਿਸ਼ਤਾ ਤੁਸੀਂ ਆ ਮੈਂ ਨਹੀਂ ਬਣਾਇਆ, ਖੁਦਾ ਨੇ ਇਸ ਰਿਸ਼ਤੇ ਨੂੰ ਬਣਾਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਤਾਰ, ਉਹਨਾਂ ਦਾ ਜਨਮ ਪਾਕਿਸਤਾਨ 'ਚ ਹੋਇਆ, ਉਹਨਾਂ ਦੀ ਆਖਰੀ ਆਰਾਮਗਾਹ ਪਾਕਿਸਤਾਨ 'ਚ ਹੈ। ਚੌਥੇ ਗੁਰੂ ਦੀ, ਗੁਰੂ ਰਾਮਦਾਸ ਜੀ ਜਿਹਨਾਂ ਦੇ ਨਾਂ 'ਤੇ ਅੰਮ੍ਰਿਤਸਰ ਸ਼ਹਿਰ, ਜਿਹਨਾਂ ਅੰਮ੍ਰਿਤਸਰ ਸ਼ਹਿਰ ਬਣਾਇਆ, ਉਹਨਾਂ ਦਾ ਜਨਮ ਅਸਥਾਨ ਲਾਹੌਰ 'ਚ, 5ਵੇਂ ਗੁਰੂ ਦਾ ਸ਼ਹੀਦੀ ਅਸਥਾਨ ਲਾਹੌਰ 'ਚ, ਮਹਾਰਾਜਾ ਰਣਜੀਤ ਸਿੰਘ ਹੋਆ ਸਨ ਆਫ ਦਾ ਸਵਰਗ, ਉਹਨਾਂ ਦੀ ਸਮਾਧੀ ਲਾਹੌਰ 'ਚ, ਉਹਨਾਂ ਦਾ ਜਨਮ ਅਸਥਾਨ ਜਿਹੜਾ, ਉਹਨਾਂ ਦੇ ਜਨਮ ਚਾਹੇ ਪੈਦਾਇਸ਼ ਜਿਹੜੀ ਹੈ ਉਹ ਗੁਜਰਾਂ ਵਾਲੇ। ਸੋ ਸਿੱਖ ਧਰਮ ਦਾ ਔਰ ਪਾਕਿਸਤਾਨ ਦਾ ਇੱਕ 9 ਮਾਸ ਦਾ ਰਿਸ਼ਤਾ ਹੈ। ਸਾਨੂੰ ਇਸ ਰਿਸ਼ਤੇ ਦੇ ਵਿੱਚ ਵਿਤਕਰਾ ਨਹੀਂ ਬਣਾਉਣਾ ਚਾਹੀਦਾ, ਸਾਨੂੰ ਇਸ ਰਿਸ਼ਤੇ ਨੂੰ ਮਜ਼ੀਦ ਵਧਾਉਣ ਦੀ ਲੋੜ ਹੈ, ਦੁਨੀਆਂ ਨੂੰ ਪੈਗਾਮ ਦੇਣਾ ਚਾਹੀਦਾ ਕਿ ਸਿੱਖ ਮੁਸਲਿਮ ਦੋਸਤੀ ਐਸੀ ਦੋਸਤੀ ਜਿਹੜੀ ਜਿਸਦੀ ਲਾਜਵਾਬ ਮਿਸਾਲ, ਔਰ ਇਹ ਦੋਸਤੀ ਅੱਜ ਤੋਂ ਨਹੀਂ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਵਕਤ ਤੋਂ, ਜੋ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਾਰੇ ਸਫ਼ਰਾਂ ਦੇ ਨਾਲ ਭਾਈ ਮਰਦਾਨਾ ਜਦੋਂ ਸ਼ੁਰੂ ਹੋਈ। ਤੋ ਕਰਤਾਰਪੁਰ ਸਾਹਿਬ ਦਾ ਜਿਹੜਾ ਪ੍ਰੋਜੈਕਟ ਹੈ, ਫਿਲਹਾਲ ਇਸਦਾ ਫੇਜ਼ 1 ਕੰਪਲੀਟ ਹੋਇਆ 14 ਅਰਬ ਰੁਪਏ ਦਾ, ਇਸ ਤੋਂ ਬਾਅਦ ਫੇਜ਼ 2 ਹੈ, ਔਰ ਦੈਨ ਫੇਜ਼ 3 ਹੈ। ਔਰ ਇਸਦਾ ਇੰਪੈਕਟ ਤੁਸੀਂ ਦੇਖੋਗੇ ਕਿ ਅੱਜ ਤੋਂ 20 ਸਾਲ ਬਾਅਦ 30 ਸਾਲ ਬਾਅਦ ਦੁਨੀਆ, ਕਿਉਂਕਿ ਇਸ ਟਾਈਮ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਗਿਆ, ਜਦੋਂ ਹਿਸਟਰੀ ਲਿਖੀ ਜਾਏਗੀ, ਜਦੋਂ ਵੀ ਤਾਰੀਖ ਲਿਖੀ ਜਾਏਗੀ ਤਾਂ ਪੁੱਛਿਆ ਜਾਏਗਾ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਕਿੱਥੇ ਵੇ, ਤਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਨਾਰੋਵਾਲ ਦਾ ਨਾਂ ਆਏਗਾ। ਸੋ ਇਹ ਛੋਟਾ ਕ੍ਰੈਡਿਟ ਹੀ ਹੈ, ਔਰ ਦੁਨੀਆ ਭਰ ਦਾ ਸਿੱਖ ਆਏਗਾ, ਦੁਨੀਆ ਭਰ ਦਾ ਵਿਜ਼ਿਟਰ ਕਰਤਾਰਪੁਰ ਸਾਹਿਬ ਆਏਗਾ, ਤਾਂ ਇੱਥੋਂ ਬਹੁਤ ਚੰਗੀ ਯਾਦਾਂ ਲੈ ਕੇ ਜਾਏਗਾ, ਔਰ ਦੁਨੀਆ ਨੂੰ ਜਾ ਕੇ ਦੱਸੇਗਾ ਕਿ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਮਾਈਨੋਰਟੀ ਦੀ ਵਰਤਗਾਹ ਨੂੰ ਵੈਰੀ ਵੈਲ ਪ੍ਰੋਟੈਕਟ ਰੱਖਿਆ ਜਾਂਦਾ। ਸਰ, ਇਹ ਗੁਰਦੁਆਰਾ ਦਾ ਲਾਂਘਾ ਜਿਹੜਾ ਹੈ ਖੋਲ੍ਹਣ ਵਾਸਤੇ ਪਹਿਲਾ ਮੈਸੇਜ ਔਰ ਪਹਿਲਾ ਜਿਹੜਾ ਪੈਗਾਮ ਮੁਹੱਬਤ ਔਰ ਅਮਨ ਦਾ ਪੈਗਾਮ ਪਾਕਿਸਤਾਨ ਵੱਲੋਂ ਤੁਰਿਆ, ਜਨਰਲ ਬਾਜਵਾ ਸਾਹਿਬ ਨੂੰ ਗ੍ਰੈਟਿਊਡ ਕਿਹਾ ਜਾਂਦਾ ਹੈ, ਇਹ ਦੱਸੋ ਕਿ ਇੰਡੀਆ ਵਿੱਚ ਵੀ ਕੋਈ ਬਰਫ਼ ਪਿਘਲ ਰਹੀ ਹੈ? ਦੇਖੋ ਜੀ, ਅਸੀਂ ਇੰਡੀਅਨ ਸਰਕਾਰ ਨੂੰ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ ਕਿ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਪਰਲੇ ਪਾਸੋਂ ਉਹਨਾਂ ਨੇ ਵੀ ਆਪਣਾ ਕੰਮ ਸ਼ੁਰੂ ਕੀਤਾ, ਸੰਗਤਾਂ ਆ ਰਹੀਆਂ ਨੇ।
ਸ਼ੁਰੂ ਦੇ ਵਿੱਚ ਸਾਡਾ ਇੱਕ ਹੈ ਸੀ ਰੈਜ਼ਰਵੇਸ਼ਨ ਕਿ ਉਹਨਾਂ ਨੇ ਸਾਡਾ ਐਮਓਯੂ ਸਾਈਨ ਕੀਤਾ ਕਿ 5000 ਡੇਲੀ ਦੇ ਵਿਜ਼ਿਟਰ ਆਉਣਗੇ, ਯਾਤਰੂ ਆਉਣਗੇ, ਲੇਕਿਨ 250-300 ਹੁਣ ਆਹਿਸਤਾ ਆਹਿਸਤਾ ਤਾਦਾਦ ਵਧਣੀ ਸ਼ੁਰੂ ਹੋ ਗਈ। ਅਸੀਂ ਉਹਨਾਂ ਰਿਕੁਐਸਟ ਕਰਦੇ ਹਾਂ ਕਿ ਇਹ ਇਨਸਾਨੀਅਤ ਦੇ ਨਾਤੇ, ਇਹ ਮਜ਼ਹਬ ਦੇ ਨਾਤੇ ਜਿਹੜੇ ਯਾਤਰੂ ਆਉਣਾ ਚਾਹੁੰਦੇ ਨੇ, ਜਿਹੜੇ ਮੱਥਾ ਨਤਮਸਤਕ ਹੋਣਾ ਚਾਹੁੰਦੇ ਨੇ, ਜਿਹੜੇ ਮੱਥਾ ਟੇਕਣਾ ਚਾਹੁੰਦੇ ਨੇ, ਉਹਨਾਂ ਨੂੰ ਆਉਣ ਦਿੱਤਾ ਜਾਏ, ਉਹਨਾਂ ਦੇ ਵਿੱਚ ਵਿਤਕਰਾ ਨਾ ਪਾਇਆ ਜਾਏ। ਅਜੇ ਵੀ ਬਹੁਤ ਸਾਰੇ ਜੋ ਯਾਤਰੂ ਆਉਂਦੇ ਨੇ ਉਹਨਾਂ ਦੀ ਆਪਣੀ ਰੈਜ਼ਰਵੇਸ਼ਨ ਹੈ ਨੇ, ਬਟ ਅਸੀਂ ਤਾਂ ਜੋ ਪਾਕਿਸਤਾਨ 'ਚ ਬੈਠ ਕੇ ਕਰ ਰਹੇ ਹਾਂ, ਅਸੀਂ ਤਾਂ ਸਿਰਫ ਇਸ ਵਾਸਤੇ ਕਰ ਰਹੇ ਕਿ ਅਸੀਂ ਉਹਨੂੰ ਸੇਵਾ ਸਮਝ ਕੇ ਕਰ ਰਹੇ ਹਾਂ। ਅਸੀਂ ਕਿਸੇ 'ਤੇ ਕੋਈ ਅਹਿਸਾਨ ਨਹੀਂ ਕਰ ਰਹੇ, ਅਸੀਂ ਸੇਵਾ ਸਮਝ ਕੇ ਕਰ ਰਹੇ ਹਾਂ। ਇਹ ਜਨਰਲ ਬਾਜਵਾ ਸਾਹਿਬ ਤੋਂ ਲੈ ਕੇ, ਮੈਨੂੰ ਅੱਜ ਵੀ ਜਨਰਲ ਬਾਜਵਾ ਸਾਹਿਬ ਦਾ ਉਹ ਸੈਂਟੈਂਸ ਯਾਦ ਹੈ ਜੋ ਪਹਿਲੇ ਦਿਨ 28 ਨਵੰਬਰ ਉਹ ਜਨਰਲ ਸਾਹਿਬ ਆਏ ਅਤੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ, ਅਤੇ ਜਨਰਲ ਬਾਜਵਾ ਸਾਹਿਬ ਨੇ ਕਿਹਾ ਸ਼ੁਕਰੀਆ ਮੇਰਾ ਨਾ ਅਦਾ ਕਰੋ, ਸ਼ੁਕਰੀਆ ਤੁਸੀਂ ਅਕਾਲ ਪੁਰਖ ਦਾ, ਖੁਦਾ ਦਾ, ਔਰ ਸ਼ੁਕਰੀਆ ਗੁਰੂ ਨਾਨਕ ਪਾਤਸ਼ਾਹ ਦਾ ਅਦਾ ਕਰੋ ਜਿਨ੍ਹਾਂ ਨੇ ਮੇਰੇ ਕੋਲੋਂ ਇਹ ਸੇਵਾ ਲਈ, ਜਿਨ੍ਹਾਂ ਨੇ ਪਾਕਿਸਤਾਨ ਕੋਲ ਸੇਵਾ ਲਈ। ਇਹ ਛੋਟੀ ਗੱਲ ਨਹੀਂ ਹੈ, ਬਹੁਤ। ਸੋ ਪਾਕਿਸਤਾਨ ਦਾ ਹਰ ਬਾਸ਼ਿੰਦਾ, ਪਾਕਿਸਤਾਨ ਦਾ ਹਰ ਸ਼ਹਿਰੀ ਇਸ ਨੂੰ ਸੇਵਾ ਸਮਝ ਕੇ ਕਰ ਰਿਹਾ, ਚਾਹੇ ਉਹ ਸਾਡੇ ਟਰਮੀਨਲ 1 ਤੇ FIA ਦੇ ਲੋਕ ਬੈਠੇ ਨੇ, ਕਸਟਮ ਦੇ ਲੋਕ ਬੈਠੇ ਨੇ, ANF ਦੇ ਲੋਕ ਬੈਠੇ ਨੇ, ਜਿਹੜੇ ਵੀ ਉੱਥੇ ਸਾਡੇ ਬੈਠੇ ਨੇ, ਉਹ ਇਹਨੂੰ ਸੇਵਾ ਸਮਝ ਕੇ ਕਾਰਨ ਹਰ ਯਾਤਰੂ ਆਉਣ ਵਾਲਿਆਂ ਨੂੰ ਵੈਲਕਮ ਕਰਦੇ ਨੇ, ਸਤਿ ਸ਼੍ਰੀ ਅਕਾਲ ਕਰਦੇ ਨੇ। ਬੱਸ 'ਤੇ ਬਿਠਾਉਂਦਾ ਉਹ ਡਰਾਈਵਰ, ਬੱਸ 'ਤੇ ਬਿਠਾਉਣ ਵਾਲਾ ਕੰਡਕਟਰ ਅੱਗੇ ਰਿਸੀਵ ਕਰਨ ਵਾਲਾ, ਸਾਡਾ ਜਿਹੜਾ ਸਿਕਿਉਰਿਟੀ ਦਾ ਅਮਲਾ, ਸਾਰੇ ਉਹਨਾਂ ਨੂੰ ਮਾਨ ਸਨਮਾਨ ਇੱਜ਼ਤ ਦੇ ਰਹੇ ਨੇ, ਕਿਉਂਕਿ ਸਾਡੇ ਵਾਸਤੇ ਇੱਕ ਸੇਵਾ ਔਰ ਅਸੀਂ ਉਹਨੂੰ ਸੇਵਾ ਸਮਝ ਕੇ ਕਰ ਰਹੇ ਹਾਂ। ਅਸੀਂ ਇੰਡੀਆ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ, ਔਰ ਜਿਹੜੇ ਯਾਤਰੂ ਪਾਕਿਸਤਾਨ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਵੱਧ ਚੜ੍ਹ ਕੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿਓ ਤਾਂ ਕਿ ਉਹ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਮਾਣ ਸਕਣ। ਜੀ ਸਰਦਾਰ ਸਾਹਿਬ, ਬਹੁਤ ਸਾਰੇ ਖੁਆਬ ਨੇ ਜਿਨ੍ਹਾਂ ਦੀ ਤਾਬੀਰ ਬਹੁਤ ਘੱਟ ਟਾਈਮ ਵਿੱਚ ਮਿਲ ਜਾਂਦੀ ਹੈ, ਕੁਛ ਖੁਆਬਾਂ ਨੂੰ ਤਾਬੀਰ ਬਹੁਤ ਲੇਟ ਮਿਲਦੀ ਹੈ, ਜਿਹਦੇ ਵਿੱਚ ਉਹ ਗੁਰਦੁਆਰਾ ਦੀ ਇੱਕ ਮਿਸਾਲ ਹੈ। ਕਿਆ ਕਦੀ ਤੁਸੀਂ ਐਸਾ ਖੁਆਬ ਵੀ ਵੇਖਿਆ ਕਿ ਇਹ ਜਿਹੜੇ ਲੋਕ ਸਾਡੇ ਪਾਰੋਂ ਲੰਘ ਕੇ ਇੱਧਰ ਆਉਂਦੇ ਨੇ ਸਲਾਮ ਕਰਨ, ਇਹ ਨਨਕਾਣਾ ਸਾਹਿਬ ਵੀ ਐਵੇਂ ਜਾ ਸਕਣ? ਦੇਖੋ ਜੀ, ਇਸ 'ਤੇ ਪਿਛਲੇ ਦਿਨੋਂ ਜਦੋਂ ਅਸੀਂ 9 ਨਵੰਬਰ ਨੂੰ ਉਸਨੇ ਇਨੋਗਰੇਟ ਕਰ ਰਹੇ ਸਨ, ਸਿੱਧੂ ਸਾਹਿਬ ਨੇ ਰਿਕੁਐਸਟ ਵੀ ਕੀਤੀ, ਔਰ ਮੈਂ ਸਮਝਦਾ ਕਿ ਸਾਡੇ ਜਿਹੜੇ ਮਾਮਲਾਤ ਨੇ ਭਾਰਤ ਦੇ ਨਾਲ, ਅਗਰ ਇਹ ਮਾਮਲਾਤ ਤੈਅ ਹੋ ਜਾਏ, ਔਰ ਸਭ ਤੋਂ ਵੱਡਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਉਹ ਕਸ਼ਮੀਰ ਦਾ, ਕਸ਼ਮੀਰ ਦੇ ਵਿੱਚ ਜਿਸ ਤਰੀਕੇ ਨਾਲ ਜ਼ੁਲਮ ਔਰ ਜ਼ਿਆਦਤੀ ਹੋ ਰਹੀ ਹੈ, 100 ਦਿਨ ਤੋਂ ਉੱਪਰ ਹੋ ਗਿਆ ਉੱਥੇ ਉਹਨਾਂ ਨੂੰ, ਅੱਜ ਵੀ ਮੈਂ TV 'ਤੇ ਸੁਣ ਰਿਹਾ ਸੀ ਕਿ ਮਸਜਿਦ ਦੇ ਵਿੱਚ ਉਹਨਾਂ ਨੂੰ ਨਮਾਜ਼ ਪੜ੍ਹਨ ਨਹੀਂ ਦਿੱਤੀ ਜਾ ਰਹੀ, ਜੁਮੇ ਦੀ ਨਮਾਜ਼ ਨਹੀਂ ਹੋ ਰਹੀ, ਪੜ੍ਹਨ ਦਿੱਤੀ ਜਾ ਰਹੀ। ਇਸ ਤਰ੍ਹਾਂ ਤੁਸੀਂ ਬੀਬੀਆਂ ਨੇ, ਬੱਚੇ ਦੇ ਵਿਵਾਹ ਨੇ, ਉਹਨਾਂ ਨੂੰ ਇਸ ਕੰਮ ਕਰਨ ਦੇ ਵਿੱਚ ਬੰਦ ਕੀਤਾ ਗਿਆ, ਸਾਡਾ ਕਸ਼ਮੀਰ ਦਾ ਮਸਲਾ ਹੱਲ ਹੋ ਜਾਂਦਾ ਹੈ। ਔਰ ਬਾਕੀ ਜਿਹੜੇ ਛੋਟੇ ਮੋਟੇ ਮਸਲੇ ਨੇ, ਭਾਰਤ ਅਗਰ ਉੱਥੇ ਵਾਕਈ ਸੀਰੀਅਸਨੈਸ ਆਪਣੀ ਦਿਖਾਉਂਦਾ, ਔਰ ਸਾਡੇ ਛੋਟੇ ਛੋਟੇ ਮਸਾਇਲ ਹੱਲ ਹੋ ਜਾਂਦੇ, ਅਤੇ ਮੈਂ ਨਹੀਂ ਸਮਝਦਾ ਕਿ ਜਿਸ ਤਰੀਕੇ ਨਾਲ ਦੁਬਾਰੇ ਬਰਲਨ ਡਿੱਗ ਸਕਦੀ ਹੈ, ਔਰ 9 ਨਵੰਬਰ ਨੇ ਦੁਬਾਰੇ ਬਰਲਨ ਡਿੱਗੀ ਔਰ ਸਾਰੇ ਇਕੱਠੇ ਹੋਏ। ਸੋ ਭਾਰਤ ਔਰ ਪਾਕਿਸਤਾਨ, ਦੇਖੋ ਨਾਓ, ਦੀਜ਼ ਆਰ 2 ਡਿਫਰੈਂਟ ਆਈਡੈਂਟੀਜ਼। ਭਾਰਤ ਦੀ ਆਪਣੀ ਸੋਵਰੈਨਿਟੀ ਹੈ, ਪਾਕਿਸਤਾਨ ਦੀ ਆਪਣੀ ਸੋਵਰੈਨਿਟੀ ਹੈ। ਭਾਰਤ ਨੂੰ ਹੁਣ ਪਾਕਿਸਤਾਨ ਨੂੰ ਤਸਲੀਮ ਕਰ ਲੈਣਾ ਚਾਹੀਦਾ। 70-72 ਸਾਲ ਹੋ ਗਿਆ, 1947 'ਚ ਪਾਕਿਸਤਾਨ ਬਣਿਆ। ਪਾਕਿਸਤਾਨ 'ਚ ਵੱਸਣ ਵਾਲਾ ਹਰ ਬਾਸ਼ਿੰਦਾ ਪਾਕਿਸਤਾਨੀ, ਉਸਦੀ ਮਜ਼ਹਬ ਦੀ ਤਫਰੀਕ ਹੋ ਸਕਦੀ ਹੋ, ਹਿੰਦੂ, ਮੁਸਲਿਮ, ਸਿੱਖ, ਮਸੀਹ ਤੋਂ ਤੁਸੀਂ ਤਫਰੀਕ ਕਰ ਸਕਦੇ ਹੋ, ਉਹਨੂੰ ਪੰਜਾਬੀ, ਸਿੱਖ ਦੀ, ਪਠਾਨ, ਗੋਸ ਤੁਸੀਂ ਕਰ ਸਕਦੇ ਹੋ, ਲੇਕਿਨ ਜੋ ਗੱਲ ਆਏਗੀ ਤਾਂ ਉਹਦੀ ਆਈਡੈਂਟੀ ਇੱਕੋ ਹੀ, ਔਰ ਉਹ ਪਾਕਿਸਤਾਨ ਹੈ। ਔਰ ਹਰ ਪਾਕਿਸਤਾਨੀ ਇਸ ਧਰਤੀ ਵਾਸਤੇ, ਇਸ ਧਰਤੀ ਵਾਸਤੇ ਆਪਣੀ ਜਾਨ ਦੇਣ ਵਾਸਤੇ ਤਿਆਰ ਹੈ, ਉਸ 'ਤੇ ਇੱਕ ਇੰਚ ਵੀ ਆਂਚ ਨਹੀਂ ਆਉਣ ਦੇਗਾ। ਸੋ ਭਾਰਤ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਅਸੀਂ ਭਾਰਤ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਕਸ਼ਮੀਰ ਦਾ ਮਸਲਾ ਹੱਲ ਕਰੋ, ਔਰ ਜਿਹੜਾ ਯਾਤਰੂ, ਵੇਖੋ ਇਸ ਟਾਈਮ ਬਹੁਤ ਸਾਰੇ ਪਾਕਿਸਤਾਨੀ ਸਾਡੇ ਜਿਹੜੇ ਮੁਸਲਮਾਨ ਭਰਾ ਨੇ, ਉਹ ਇਸ ਟਾਈਮ ਅਜਮੇਰ ਸ਼ਰੀਫ ਜਾਣ ਦੀ ਉਹਨਾਂ ਦੀ ਖਾਹਿਸ਼ ਹੈ। ਮੈਂ ਬੀਇੰਗ ਅ ਸਿੱਖ, ਮੇਰੀ ਖਾਹਿਸ਼ ਹੈ ਕਿ ਮੈਂ ਗੋਲਡਨ ਟੈਂਪਲ ਜਾਵਾਂ, ਉੱਥੇ ਜਾ ਕੇ ਮੱਥਾ ਟੇਕਾਂ। ਮੇਰੀ ਖਾਹਿਸ਼ ਹੈ ਕਿ ਮੈਂ ਦਿੱਲੀ ਦੇ ਗੁਰਦੁਆਰੇ ਦੇ ਜਾ ਕੇ ਮੱਥਾ ਟੇਕਾਂ। ਮੇਰੀ ਖਾਹਿਸ਼ ਹੈ ਕਿ ਮੈਂ ਬਾਕੀ ਜਿਹੜੇ ਸਾਡੇ ਇਤਿਹਾਸਿਕ ਅਸਥਾਨ ਨੇ, ਹਜ਼ੂਰ ਸਾਹਿਬ ਹੈ, ਨਦੇੜ ਹੈ, ਮੈਂ ਜਾਵਾਂ ਜਾ ਕੇ ਮੱਥਾ ਟੇਕਾਂ। ਲਾਈਕ ਵਾਈਜ਼ ਜਿਹੜਾ ਇੰਡੀਅਨ ਸਿੱਖ ਬੈਠਾ, ਉਸਦੀ ਖਾਹਿਸ਼ ਹੈ ਕਿ ਉਹ ਪਾਕਿਸਤਾਨ ਜਾਵੇ, ਉਹ ਨਨਕਾਣਾ ਸਾਹਿਬ ਜਾਵੇ, ਪੰਜਾਬ ਸਾਹਿਬ ਜਾਵੇ, ਕਰਤਾਰਪੁਰ ਸਾਹਿਬ ਜਾਵੇ, ਲਾਹੌਰ ਜਾਵੇ, ਔਰ ਉਹਨਾਂ ਤੋਂ ਵੱਧ ਕੇ ਉਹ ਬਹੁਤ ਸਾਰਾ, ਤੁਸੀਂ ਪੁੱਛੋ, ਉਹ ਕਹਿੰਦੇ ਸ਼ੋਪਿੰਗ ਕਰਨਾ ਚਾਹੁੰਦੇ, ਲੋਕਾਂ ਨਾਲ ਮਿਲਣਾ ਚਾਹੁੰਦੇ, ਪੀਪਲ ਟੂ ਪੀਪਲ ਕੰਟੈਕਟ ਕਰਨਾ ਚਾਹੁੰਦੇ। ਸੋ ਬਟ ਉਹਦੇ ਨਾਲ ਇੰਡੀਆ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਪਾਕਿਸਤਾਨ ਨੇ ਤਾਂ ਬੜਾ ਕੁਸ਼ਾਦਾ ਦਿਲ ਦਿਖਾਈ, ਬੜਾ ਖੁੱਲ੍ਹਾ ਦਿਲ ਦਿਖਾਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਔਰ 5000 ਯਾਤਰੀਆਂ ਨੂੰ ਬਗੈਰ ਪਾਸਪੋਰਟ ਦੇ ਕਿਹਾ ਜੀ ਆ ਜਾਓ ਪਾਕਿਸਤਾਨ ਆ ਜਾਓ। ਛੋਟੀ ਗੱਲ ਨਹੀਂ ਹੈ, ਇਹਦੀ ਮਿਸਾਲ ਕਿੱਥੇ ਤੁਹਾਨੂੰ ਨਜ਼ਰ ਨਹੀਂ ਆਈ। ਹੁਣ ਭਾਰਤ ਨੂੰ ਵੀ ਚਾਹੀਦਾ ਕਿ ਉਹ ਖੁੱਲ੍ਹਾ ਦਿਲ ਕਰੇ, ਉਹ ਕਸ਼ਮੀਰ ਦਾ ਮਸਲਾ ਹੱਲ ਕਰੇ, ਬਾਕੀ ਜਿਹੜੇ ਮਸਲੇ ਹੱਲ ਕਰੇ, ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਾਕਿਸਤਾਨੀ ਔਰ ਭਾਰਤੀ ਆਪਸ ਪੀਪਲ ਟੂ ਪੀਪਲ ਕੰਟੈਕਟ ਹੋਵੇ, ਆ ਸਕਣ, ਜਾ ਸਕਣ, ਆਪਣੀ ਮਸਜਿਦ ਵਿਵਾਦਗਾਵਾਂ ਅਤੇ ਸ਼ਹਿਰਗਾਵਾਂ ਅਤੇ ਤਾਲੀਮ ਦੇ ਮੈਦਾਨ 'ਚ ਅਸੀਂ ਦੂਸਰੇ ਕੋਲ ਇਸਤੀਫਾਦਾ ਹਾਸਲ ਕਰ ਸਕਦੇ ਹਾਂ, IT ਦੇ ਮੈਦਾਨ 'ਚ ਅਸੀਂ ਦੂਸਰੇ ਕੋਲ ਇਸਤੀਫਾਦਾ ਹਾਸਲ ਕਰ ਸਕਦੇ ਹਾਂ। ਬਿਲਕੁਲ ਹੋ ਸਕਦਾ ਨਹੀਂ, ਬਟ ਇਸ 'ਤੇ ਸੀਰੀਅਸ ਐਫਰਟ ਕਰਨ ਦੀ ਲੋੜ ਹੈ। ਸਰਦਾਰ ਸਾਹਿਬ, ਇੱਕ ਪੁਆਇੰਟ ਜਿਹੜਾ ਜਦੋਂ ਦਾ ਇਹ ਲਾਂਘਾ ਖੁੱਲ੍ਹਿਆ
ਇੱਕ ਖਾਸ ਲੌਬੀ ਨੂੰ ਓਬਲਾਈਜ ਕਰਨ ਲਈ ਲਾਂਘਾ ਖੁੱਲ੍ਹਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਇੰਡੀਆ ਵੱਲੋਂ ਸਾਰੇ ਲੋਕ ਆ ਸਕਦੇ ਨੇ ਜਿਹਦਾ ਤਾਲੁਕ ਜਿਸ ਮਜ਼ਹਬ ਨਾਲ ਵੀ ਹੋਵੇ। ਉੱਥੇ ਇੱਕ ਕਾਦੀਆਨੀ ਔਰ ਅਹਿਮਦੀਆਂ ਦਾ ਬੜਾ ਜ਼ਿਕਰ ਹੈ, ਇਹਦੇ ਬਾਰੇ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਨਾਲ ਸਾਡੇ ਥਰੂ ਸਾਡੇ ਚੈਨਲ ਦੇ ਥਰੂ ਨਾਜ਼ਰੀਨ ਨੂੰ ਦੱਸੋ ਕਿ ਇਹ ਅਸਲ ਕਹਾਣੀ ਕੀ ਹੈ, ਇਹਦੇ 'ਚ ਕੋਈ ਹਕੀਕਤ ਹੈ ਜਾਂ ਕਿ ਬਸ ਸੋਸ਼ਲਿਜ਼ਮ ਔਰ ਸੋਸ਼ਲ ਮੀਡੀਆ ਤੱਕ। ਦੇਖੋ ਜੀ, ਮੇਰਾ ਤਾਲੁਕ ਪਾਕਿਸਤਾਨ ਮੁਸਲਿਮ ਲੀਗ ਮੂਵਮੈਂਟ ਨਾਲ ਹੈ। ਮੈਂ ਪਾਕਿਸਤਾਨ ਮੁਸਲਿਮ ਲੀਗ ਮੂਵਮੈਂਟ ਦਾ ਜਨਰਲ ਸੈਕਟਰੀ ਮਾਈਨੋਰਟੀ ਵਿੰਗ ਦਾ ਸੈਂਟਰ ਦਾ ਮੈਂ ਐਮ ਪੀ ਵੀ ਰਿਹਾ ਸੀ। ਮੇਰੇ ਪੀਟੀਆਈ ਦੇ ਨਾਲ ਬਹੁਤ ਸਾਰੇ ਡਿਫਰੈਂਸਿਸ ਨੇ, ਮੇਰੇ ਪੋਲੀਟੀਕਲ ਡਿਫਰੈਂਸਿਸ ਹੋ ਸਕਦੇ ਨੇ, ਮੇਰੇ ਆਈਡੀਆਲੋਜੀ ਦੇ ਡਿਫਰੈਂਸ ਹੋ ਸਕਦੇ ਨੇ, ਬਟ ਐਸ ਲੌਂਗ ਐਜ਼ ਦਿਸ ਕਰਤਾਰਪੁਰ ਕੋਰੀਡੋਰ ਇਜ਼ ਕੰਸਰਨ, ਸਾਡੀ ਜਮਾਤ ਨੇ ਇਸ ਕਰਤਾਰਪੁਰ ਕੋਰੀਡੋਰ ਨੂੰ ਕੌਮੀ ਮਨਸੂਬਾ ਕੀਤਾ। ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਅਕਾਊਂਟੇਬਿਲਿਟੀ ਕੋਚ ਨਾਲ ਮੈਂ ਮੁਲਾਕਾਤ ਕਰਨ ਵਾਸਤੇ ਗਿਆ ਅਤੇ ਜਿਸ ਤਰ੍ਹਾਂ ਮੈਂ ਅੰਦਰ ਐਂਟਰ ਦਰਵਾਜ਼ 'ਚੋਂ ਅੰਦਰ ਐਂਟਰ ਹੋਇਆ ਤਾਂ ਮੀਆਂ ਸਾਹਿਬ ਨੇ ਮੈਨੂੰ ਹੱਥ ਮਿਲਾ ਕੇ ਸਭ ਤੋਂ ਪਹਿਲੇ ਮੁਬਾਰਕਬਾਦ ਦਿੱਤੀ ਔਰ ਕਿਹਾ ਜੀ ਤੁਹਾਨੂੰ ਮੁਬਾਰਕ ਹੋਵੇ ਕਰਤਾਰਪੁਰ ਤੋਂ ਲਾਂਘਾ ਖੁੱਲ੍ਹ ਗਿਆ। ਹਾਲਾਂਕਿ ਉਸ ਵਕਤ ਮੀਆਂ ਸਾਹਿਬ ਜੇਲ੍ਹ ਸਨ, ਐਸਨ ਇਕਬਾਲ ਸਾਹਿਬ ਉਸ ਤੋਂ ਮੌਜੂਦ ਸਨ, ਬਾਕੀ ਸਾਰੇ ਦੋਸਤ ਉੱਥੇ ਮੌਜੂਦ ਸਨ। ਐਸਨ ਇਕਬਾਲ ਸਾਹਿਬ ਇਸ ਕਰਤਾਰਪੁਰ ਸਾਹਿਬ ਦੇ ਪੂਰੇ ਹਮਾਇਤੀ ਨੇ ਹਾਮੀ ਨੇ, ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਮੁਲਾਕਾਤ ਹੋਈ, ਸ਼ਹਿਬਾਜ਼ ਸ਼ਰੀਫ ਸਾਹਿਬ ਇਸ 'ਤੇ ਹਮਾਇਤੀ ਨੇ ਹਾਮੀ ਨੇ। ਲੇਕਿਨ ਜਿਸ ਤਰੀਕੇ ਨਾਲ ਪਹਿਲੇ ਅਰਜ਼ ਕੀਤੀ ਕਿ ਇੰਨੇ ਵੱਡੇ ਮਨਸੂਬੇ ਨੂੰ ਇੱਡੀ ਵੱਡੀ ਕੌਜ਼ ਨੂੰ ਸਾਨੂੰ ਇਸ ਵਕਤ ਖੁਦ ਸਬੋਤਾਜ਼ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਾਡਾ ਜਿਹੜਾ ਦੁਸ਼ਮਣ ਹੈ ਜਿਹੜਾ ਹਮੇਸ਼ਾ ਪਾਕਿਸਤਾਨ ਦੇ ਬਾਰੇ ਮਨਫੀ ਪ੍ਰੋਪੋਗੈਂਡਾ ਕਰਦਾ, ਉਹ ਤਾਂ ਪਾਕਿਸਤਾਨ ਨੂੰ ਸਬੋਤਾਜ਼ ਕਰੇ ਤਾਂ ਉਹ ਸਮਝ ਆਉਂਦੀ, ਲੇਕਿਨ ਜੋ ਸਾਡੇ ਆਪਣੇ ਪਾਕਿਸਤਾਨੀ ਭਰਾ ਇਸ ਨੂੰ ਸਬੋਤਾਜ਼ ਕਰਦੇ ਤਾਂ ਜ਼ਿਆਦਾ ਕਰਦੇ। ਦੇਖੋ ਇਹ ਮਨਸੂਬਾ ਪਿਓਰਲੀ ਅੱਜ ਦਾ ਨਹੀਂ, ਇਹ ਮਨਸੂਬਾ ਪਿੱਛੇ 70 ਸਾਲ ਤੋਂ ਚੱਲਦਾ। ਸਿੱਖ ਅੱਜ ਆ ਕੇ ਕਰਤਾਰਪੁਰ ਤੋਂ ਲਾਂਘੇ ਦੇ ਖੜੇ ਨਹੀਂ ਹੋ ਰਹੇ, ਸਿੱਖ ਪਿੱਛੇ 70 ਸਾਲ ਤੋਂ ਇੰਡੀਆ ਦੇ ਪਾਸੋਂ ਆ ਕੇ ਖੜੇ ਹੋ ਕੇ ਨਕਮਸਤਕ ਹੁੰਦੇ ਸਨ, ਮੱਥਾ ਟੇਕਦੇ ਸਨ, ਰੋਂਦੇ ਸਨ ਕਿ ਸਾਨੂੰ 4 ਕਿਲੋਮੀਟਰ ਦੂਰ ਜਾ ਕੇ ਕਰਤਾਰਪੁਰ ਦਾ ਲਾਂਘਾ ਅਸੀਂ ਦਰਸ਼ਨ ਕਰ ਚੁੱਕੇ। ਅੱਜ ਇਹ 'ਚ ਕੰਟਰੋਵਰਸੀ ਪਾਈ ਜਾ ਰਹੀ ਹੈ, ਕਾਦੀਆਨ ਇੰਡੀਆ ਦੇ ਵਿੱਚ ਹੈ, ਹਕੀਕਤ ਹੈ, ਉਹ ਲੋਕ ਜਾਂਦੇ ਨੇ ਵਾਇਆ ਵਾਹਗਾ ਬਾਰਡਰ ਜਾਂਦੇ ਨੇ, ਉਹ ਵਾਇਆ ਵਾਹਗਾ ਬਾਰਡਰ ਜਾਣਗੇ, ਉਹ ਆਉਣਗੇ, ਕਿਉਂਕਿ ਇਹ ਸਿਰਫ ਵਨ ਵੇ ਟ੍ਰੈਫਿਕ, ਇੱਥੋਂ ਸਿਰਫ ਸੰਗਤ ਆ ਸਕਦੀ ਹੈ, ਦੇ ਕੈਨ ਨਾਟ ਸਟੇ ਹੇਅਰ ਮੋਰ ਦੈਨ ਵਨ ਡੇ। ਸੁਬਹ ਆ ਕੇ ਸ਼ਾਮ ਨੂੰ ਵਾਪਸ ਚਲੇ ਜਾਣਗੇ ਔਰ ਸਿਰਫ ਇੱਥੇ ਮੱਥਾ ਟੇਕਣਗੇ, ਉਸ ਤੋਂ ਬਾਅਦ ਫੈਂਸ ਹੋਈ ਹੈ, ਫੈਂਸ ਤੋਂ ਵਾਪਸ ਚਲੇ ਜਾਣਗੇ। ਸੋ ਇਸ ਤਰੀਕੇ ਨਾਲ ਮਨਫੀ ਪ੍ਰੋਪੋਗੈਂਡਾ ਨਹੀਂ ਕਰਨਾ ਚਾਹੀਦਾ। ਇਹ ਕਰਤਾਰਪੁਰ ਤੋਂ ਲਾਂਘਾ ਸਿਰਫ ਔਰ ਸਿਰਫ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਖੁੱਲ੍ਹਿਆ। ਇੱਥੇ ਅਸੀਂ ਸਿਰਫ ਇਹ ਨਹੀਂ ਕਹਿ ਰਹੇ ਕਿ ਭਾਰਤ ਤੋਂ ਸਿੱਖ ਆਏਗਾ, ਇੱਥੋਂ ਇਸ ਟਾਈਮ ਸਿੱਖ ਵੀ ਆ ਰਿਹਾ, ਹਿੰਦੂ ਵੀ ਆ ਰਿਹਾ, ਮੁਸਲਮਾਨ ਵੀ ਆ ਰਿਹਾ, ਕ੍ਰਿਸਚਨ ਵੀ ਆ ਰਿਹਾ, ਕਿਉਂਕਿ ਬਾਬਾ ਅੱਜ ਅਸੀਂ ਅਗਰ ਡਿਵਾਈਡ ਕਰਦੇ ਹਾਂ ਤਾਂ ਅਸੀਂ ਆਪਣੇ ਧਰਮ ਦੀ ਬੇਸਿਕ ਫਿਲੋਸਫੀ ਤੋਂ ਡਿਵਾਈਡ ਕਰਦੇ ਹਾਂ। ਅੱਜ ਤੁਸੀਂ ਕਰਤਾਰਪੁਰ ਸਾਹਿਬ ਲਾਂਘੇ ਗਏ, ਕਰਤਾਰਪੁਰ ਸਾਹਿਬ ਗੁਰਦੁਆਰੇ ਗਏ, ਕੀ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਮੁਸਲਮਾਨ ਹੋ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ? ਨਹੀਂ ਕਹਿ ਸਕਦੇ। ਕਿਸੇ ਮਸੀਹ ਨੂੰ ਕਹਿ ਸਕਦੇ ਨੇ ਕਿ ਤੁਸੀਂ ਮੁਸਲਮਾਨ ਹੋ ਤੁਸੀਂ ਮਸੀਹ ਨਹੀਂ ਜਾ ਸਕਦੇ? ਸਾਡੇ ਨਾਲ ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਬਾਬੇ ਨਾਨਕ ਦੀ ਜਿਹੜੀ ਬੇਸਿਕ ਫਿਲੋਸਫੀ ਉਸ ਤੋਂ ਡਿਵੀਅਰ ਕਰ ਰਹੇ। ਬਾਬੇ ਨਾਨਕ ਦਾ ਦਰ ਸਭ ਦਾ ਸਾਂਝਾ ਹੈ, ਗੁਰਦੁਆਰਾ ਸਿਰਫ ਸਿੱਖਾਂ ਦਾ ਨਹੀਂ ਹੈ, ਗੁਰਦੁਆਰਾ ਦੁਨੀਆਂ ਦੇ ਹਰ ਉਸ ਧਰਮ ਦਾ ਜਿਹੜਾ ਕਿਸੇ ਵੀ ਧਰਮ ਨੂੰ ਮੰਨਦਾ ਜਾਂ ਉਹ ਬੰਦਾ ਜਿਹੜਾ ਕਿਸੇ ਧਰਮ ਨੂੰ ਨਹੀਂ ਵੀ ਮੰਨਦਾ, ਗੁਰਦੁਆਰਾ ਉਸ ਵਾਸਤੇ ਵੀ ਹੈ। ਉਹ ਗੁਰਦੁਆਰਾ ਸਿਰਫ ਇਬਾਦਤ ਗਾਹ ਨਹੀਂ ਹੈ, ਗੁਰਦੁਆਰੇ ਦੇ ਵਿੱਚ ਤੁਹਾਡੀ ਕੈਪੈਸਿਟੀ ਇੱਕ ਕਰੈਕਟ ਬਿਲਡਿੰਗ ਵੀ ਕੀਤੀ ਜਾਂਦੀ ਹੈ, ਗੁਰਦੁਆਰੇ ਦੇ ਵਿੱਚ ਤੁਹਾਨੂੰ ਸ਼ੈਲਟਰ ਵੀ ਦਿੱਤਾ ਜਾਂਦਾ, ਗੁਰਦੁਆਰੇ ਦੇ ਵਿੱਚ ਤੁਹਾਨੂੰ ਹੈਲਥ ਵੀ ਦਿੱਤੀ ਜਾਂਦੀ, ਗੁਰਦੁਆਰੇ ਤੁਹਾਨੂੰ ਐਜੂਕੇਸ਼ਨ ਵੀ ਦਿੱਤੀ ਜਾਂਦੀ। ਇਹ ਗੁਰਦੁਆਰੇ ਦਾ ਬੇਸਿਕ ਕੋਨਸੈਪਟ ਹੈ, ਬੇਸਿਕ ਫਿਲੋਸਫੀ ਹੈ, ਇਸ ਫਿਲੋਸਫੀ ਨੂੰ ਸਮਝਣ ਦੀ ਲੋੜ ਹੈ। ਅਤੇ ਮੈਂ ਦੋ ਹੱਥ ਜੋੜ ਕੇ ਉਹਨਾਂ ਦੇ ਅੱਗੇ ਬੇਨਤੀ ਕਰਦਾ, ਉਹਨਾਂ ਅੱਗੇ ਰਿਕੁਐਸਟ ਕਰਦਾ, ਗੁਜ਼ਾਰਿਸ਼ ਕਰਦਾ ਕਿ ਇਹ ਐਡਾ ਵੱਡਾ ਮਨਸੂਬਾ ਜਿਹੜਾ ਦੁਨੀਆਂ ਦੇ ਵਿੱਚ ਜਿਸ ਦੀ ਮਿਸਾਲ ਨਹੀਂ ਹੈ ਮਿਲਦੀ, ਜਿਸ ਦਿਨ 9 ਨਵੰਬਰ ਨੂੰ ਇਸਨੂੰ ਇਨੋਗਰੇਟ ਕੀਤਾ ਗਿਆ, ਉਸ ਦਿਨ ਮੈਂ ਜਿੰਨੇ ਡਿਪਲੋਮੇਟ ਹੈ ਉਹਨਾਂ ਨੂੰ ਮੈਂ ਖੁਦ ਉਹਨਾਂ ਨੂੰ ਕੰਡਕਟ ਕੀਤਾ, ਉਹਨਾਂ ਨੂੰ ਮੈਂ ਪੂਰਾ ਗੁਰਦੁਆਰਾ ਵਿਜ਼ਿਟ ਕਰਾਇਆ। ਜਿਸ ਟਾਈਮ ਵਾਪਸ ਜਾ ਰਹੇ ਤਾਂ ਡਿਪਲੋਮੈਟ ਦੀ ਜ਼ਬਾਨ ਹੀ ਇਹ ਸੀ ਕਿ ਵੀ ਅਸੀਂ ਬਹੁਤ ਦੁਨੀਆਂ 'ਚ ਮੁਲਕਾਂ 'ਚ ਗਏ ਹਾਂ, ਬਟ ਜੋ ਨਜ਼ਾਰਾ ਅਸੀਂ ਅੱਜ ਦੇਖ ਕੇ ਜਾ ਰਹੇ ਹਾਂ ਇਹ ਨਜ਼ਾਰਾ ਅਸੀਂ ਕਿੱਥੇ ਨਹੀਂ ਵੇਖਿਆ ਕਿ ਕਿਸ ਤਰੀਕੇ ਨਾਲ ਉਹ ਮਾਈਨੋਰਟੀ ਜਿਹੜੀ ਕਿ ਸ਼ਾਇਦ ਗਿਣਤੀ 'ਚ ਘੱਟ ਹੈ, ਲੇਕਿਨ ਉਸ ਵਾਸਤੇ ਕਿੰਨਾ ਵੱਡਾ ਉਹਨਾਂ ਦੇ ਇਬਾਦਤ ਗਾਹ ਨੂੰ ਇੰਨਾ ਸ਼ਾਨਦਾਰ ਤਰੀਕੇ ਨਾਲ ਪਾਕਿਸਤਾਨ ਨੇ, ਰਿਆਸਤ ਪਾਕਿਸਤਾਨ ਨੇ, ਹਕੂਮਤ ਪਾਕਿਸਤਾਨ ਨੇ ਇੰਨਾ ਸ਼ਾਨਦਾਰ ਬਣਾ ਦਿੱਤਾ। ਸੋ ਸਾਨੂੰ ਚਾਹੀਦਾ ਕਿ ਅਸੀਂ ਦੁਨੀਆਂ ਨੂੰ ਪਾਕਿਸਤਾਨ ਦਾ ਟ੍ਰੋਮੇ ਦਿਖਾਈਏ, ਔਰ ਸਾਡੀ ਕੋਈ ਇਹੋ ਜਿਹੀ ਗੱਲ ਜਿਹੜੀ ਕਿ ਫਰਦਰ ਇਸ ਪੂਰੇ ਉਸ ਨੂੰ ਪ੍ਰੋਸੈਸ ਸੈਬੋਟਾਈਜ਼ ਕਰਦੇ ਹੋਏ ਜਾਂ ਨੈਗੇਟਿਵਿਟੀ ਫੈਲਾਵੇ, ਸਾਨੂੰ ਉਸ ਦਰਗੁਜ਼ਰ ਕਰਨ 'ਤੇ ਤੁਹਾਨੂੰ ਉਸ ਤੋਂ ਥੋੜ੍ਹਾ ਦੂਰ ਰਹਿਣਾ ਚਾਹੀਦਾ, ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਸਰ, ਆਖਰੀ ਸਵਾਲ, ਤੁਸੀਂ ਦੋਵਾਂ ਪਾਸੇ ਵਸਣ ਵਾਲੀ ਆਵਾਮ ਔਰ ਕੌਮ ਨੂੰ ਕੀ ਪੈਗਾਮ ਦੇਣਾ ਚਾਹੋਗੇ? ਦੇਖੋ ਜੀ, ਪੈਗਾਮ ਮੇਰਾ ਇਹੀ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ, ਇਹ ਅਸੀਂ ਆਪਣੇ ਜਿਹੜੇ ਇੰਡੀਆ 'ਚ ਵਸਣ ਵਾਲੇ ਵਸਨੀਕ ਨੇ, ਇੰਡੀਅਨ ਸਾਡੇ ਜਿਹੜੇ ਸਿਟੀਜ਼ਨ ਨੇ, ਉਹਦੇ 'ਚ ਹਿੰਦੂ, ਮੁਸਲਿਮ, ਸਿੱਖ, ਜ਼ਾਹਰੀ ਗੱਲ ਸਿੱਖਾਂ ਦੀ ਖਾਹਿਸ਼ ਸੀ ਕਿ ਹੋਰ ਬਾਕੀ ਵੀ ਧਰਮ ਇੱਥੇ ਆ ਰਹੇ ਨੇ, ਕਿਉਂਕਿ ਅਸੀਂ 5000 ਡਿਵੋਟੀਸ ਦਾ ਕਿਹਾ ਕਿ 5000 ਡਿਵੋਟੀਸ ਇੱਕ ਦਿਨ 'ਚ ਪਾਕਿਸਤਾਨ ਆ ਸਕਦੇ, ਇਹ ਤੁਹਾਡੇ ਅਸੀਂ ਖੋਲ੍ਹੇ। ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਭਾਰਤ ਤੋਂ ਔਰ ਦੁਨੀਆ ਭਰ ਦਾ ਸਿੱਖ ਡਾਇਸਪੋਰਾ ਜਿਹੜਾ ਉਸ ਕਰਤਾਰਪੁਰ ਲਾਂਘੇ
ਇਸ ਅਸਥਾਨ ਦੇ ਦਰਸ਼ਨ ਕਰੋ। ਇਸ ਦੇ ਨਾਲ ਨਾਲ ਮੈਂ ਆਪਣੇ ਪਾਕਿਸਤਾਨੀ ਵਸਣ ਵਾਲੇ ਪਾਕਿਸਤਾਨੀਆਂ ਨੂੰ ਇਨਵਾਈਟ ਕਰਦਾ ਕਿ ਤੁਹਾਡੇ ਹੱਥ ਵੀ ਗੁਰਦੁਆਰਾ ਪੁੱਜੋ, ਤੁਸੀਂ ਵੀ ਉਹ ਇਸ ਅਸਥਾਨ ਦੇ ਦਰਸ਼ਨ ਕਰੋ ਔਰ ਇੱਕ ਤਾਂ ਉਸ ਘਰ ਜਦੋਂ ਆਓਗੇ ਰੱਬ ਦੀਆਂ ਖੁਸ਼ੀਆਂ ਮਾਣੋਗੇ, ਰੱਬ ਤੁਹਾਡੇ 'ਤੇ ਰਹਿਮਤ ਕਰੇਗਾ, ਬਰਕਤ ਕਰੇਗਾ, ਅਸੀਂ ਤੁਹਾਡੇ ਵਾਸਤੇ ਦੁਆ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ। ਇਸ ਦੇ ਨਾਲ ਨਾਲ ਦੁਨੀਆ ਭਰ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਪਾਕਿਸਤਾਨ 'ਚ ਵਸਣ ਵਾਲੀ ਘੱਟ ਗਿਣਤੀਆਂ ਨੂੰ ਰਿਆਸਤ ਪਾਕਿਸਤਾਨ, ਹਕੂਮਤ ਪਾਕਿਸਤਾਨ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ, ਉਹਨਾਂ ਦੀ ਬਦਗਾਉਣ ਪ੍ਰੋਟੈਕਟ ਕਰਦੀ ਹੈ ਔਰ ਪਾਕਿਸਤਾਨ ਦਾ ਅਸੀਂ ਇਹ ਲਫ਼ਜ਼ ਨਾ ਯੂਜ਼ ਕਰੀਏ ਪੋਜ਼ਿਟਿਵ ਇਮੇਜ, ਪੋਜ਼ਿਟਿਵ ਪਾਕਿਸਤਾਨ ਦਾ ਟਰੂ ਇਮੇਜ ਦੁਨੀਆ ਦੀ ਕਿ ਟਰੂ ਇਮੇਜ ਦੇਵੇ ਕਿ ਪਾਕਿਸਤਾਨ ਮਾਈਨੋਰਟੀ ਵਾਸਤੇ ਇੱਕ ਜੰਨਤ ਹੈ। ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ।